विदाउट एनी ऑर्डर तुसी ह्यूमन चेन बनाई खड़े शर्म कर लो तुहानू किसे ने जो तकी ऑर्डर कोई जो इधर आया यार जरा सारे पुलिया नु पता लग गया कि कर रहे इत्थे आ जा जल्दी करवा जा क्यों रोक रहे आज पंजाब दी विधानसभा दे अंदर भी नहीं जानते रहे क्यों नहीं जानते रहे सारी दुनिया देख रही है देख लो जवाब दो ऑर्डर दिखाओ दिखाना पुलिस वाले सारे दिखाओ चंगी तरह कोई हुक्म है तुसी मैनू कहा ना 5 मिनट पहला भी 5 मिनट वेट कर लो 15 मिनट हो गए लियाओ दिखाओ कोई हुक्म है तुहाडे कोल असी आ लो पड़ो आ लो चुको रोको सानू रोक दे कौन आओ पंजाब सरकार पंजाब सरकार पंजाब सरकार स्पीकर पंजाब पंजाब स्पीकर पंजाब स्पीकर पंजाब स्पीकर पंजाब स्पीकर पंजाब स्पीकर लड़ाई लड़ रहे जिहड़े लोग किसान आत्महत्या कर रहे ने बाहर तुहाडी लड़ाई लड़ रहे सारी मुलाजमों को लिया तुसी किवें रोकोगे ਜ਼ੋਰ तेन ज्यादा ड्यूटी लड़ रहा हर जा लड़ रहे शर्म आई
ਲਾਈਵ ਤਸਵੀਰਾਂ ਦੇ ਯਾਰ ਕਿੱਥੇ ਆਰਡਰ ਪੁਲਿਸ ਕਮਾਲ ਹੋ ਗਿਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਗੁੰਡਾਗਰ ਦੀ ਸਰਕਾਰ ਮੁਰਦਾਬਾਦ ਸਾਹਮਣੇ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਇਹ ਸਪੀਕਰ ਦੇ ਪਿਓ ਦੀ ਬਿਲਡਿੰਗ ਹੈ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਹੋ ਰਹੀ ਹੈ ਕੋਈ ਆਰਡਰ ਨਹੀਂ ਦਿਖਾ ਪਾਈ ਪੁਲਿਸ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੇ ਕੋਈ ਆਰਡਰ ਇਹਨਾਂ ਨੂੰ ਨਹੀਂ ਦਿਖਾਇਆ ਪਰ ਇਹਨਾਂ ਨੂੰ ਅੰਦਰ ਜਾਣ ਤੋਂ ਰੋਕ ਅਧਿਕਾਰ ਦੀ ਆ ਸਰਕਾਰ ਮੁਰਦਾਬਾਦ ਤੋਂ ਕਰਦੇ ਇਹਨਾਂ ਨੂੰ ਰੇਤ ਮਾਫੀਆ ਅੰਦਰ ਨਹੀਂ ਦਿੱਤਾ ਜਾ ਰਿਹਾ ਜਿਹੜੇ ਲੋਕਾਂ ਨੇ ਮਾਫੀਆ ਮੰਤਰੀ ਗੁਰਜੀਤ ਰਾਣਾ ਮੁਰਦਾਬਾਦ ਅੰਦਰ ਮਾਹੌਲ ਲਗਾ ਗਰਮਾਇਆ ਦੇਖ ਰਿਹਾ ਕੋਈ ਮਾਹੌਲ ਗਰਮਾ ਗਿਆ ਔਰ ਲਗਾਤਾਰ ਮੈਨੂੰ ਲੱਗਦਾ ਕਿ ਇਹ ਜਿਹੜੀ ਬਾਹਰ ਦੀ ਆਵਾਜ਼ ਹੈ ਕੋਈ ਦੇਰ ਤੱਕ ਅੰਦਰ ਗੁੱਡੀ ਸ਼ੁਰੂ ਹੋ ਜਾਏਗੀ ਕਿਉਂਕਿ ਅੰਦਰ ਜਾਣ ਤੋਂ ਅਸੀਂ ਨਿੰਦਿਆ ਵੀ ਕਰਦੇ ਆ ਤੇ ਬਾਹਰ ਦੁਨੀਆ ਦੇ ਵਿੱਚ ਲੋਕਾਂ ਪੰਜਾਬੀਆਂ ਨੂੰ ਦੱਸਦੇ ਵੀ ਆਹ ਕਾਂਗਰਸ ਆ ਜਿਹੜੀ 10 ਸਾਲ ਰੋਂਦੀ ਰਹੀ ਆ ਅਕਾਲੀਆਂ ਦੇ ਤਾਨਾਸ਼ਾਹ ਰਵਈਏ ਦੇ ਖਿਲਾਫ ਰਾਤ ਇੱਥੇ ਬੈਠੇ ਰਹੇ ਨੇ ਦੇਖੋ ਸਹੀ ਹੈ ਜਾਂ ਗਲਤ ਹੈ ਸਾਰੀ ਆ ਅੰਦਰ ਵਿਧਾਨ ਸਭਾ ਕਮਰੇ ਡਰਦੇ ਨੇ ਕਿਉਂ ਡਰਦੇ ਨੇ ਆਮ ਆਦਮੀ ਪਾਰਟੀ ਬਲੈਕ ਕਮਿਸ਼ਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਇਹ ਐਸਵਾਈਐਲ ਦੇ ਉੱਤੇ ਪ੍ਰਾਈਵੇਟ ਮੈਂ ਰਾਜੀ ਅਗਰ बार सारा कल नू कैप्टन अमरिंदर सिंह सारी ओपोजिशन नू कढ दूंगा बाहर पक्षपाती स्पीकर मुर्दाबाद माफिया स्पीकर मुर्दाबाद माफिया मंत्री मुर्दाबाद करप्ट मुख्यमंत्री मुर्दाबाद पंजाब सरकार मुर्दाबाद ਜੀ ਦਾ ਦੇਣਾ ਪੈਣਾ ਇਹ ਗੱਲਾਂ ਅਸੀਂ ਅੰਦਰ ਵਿਧਾਨ ਸਭਾ ਦੇ ਮੁੱਖ ਮੰਤਰੀ ਹਾਜ਼ਰੀ ਦੇ ਵਿੱਚ ਪੁੱਛਣੀਆਂ ਸੀ ਵੀ ਇਹ 900 ਕਰੋੜ ਖਜ਼ਾਨੇ ਦੇ ਵਿੱਚੋਂ ਦਿੱਤਾ ਜਾਣਾ 900 ਕਰੋੜ ਰੁਪਈਆ ਵੀਰੋ ਆ ਜਿਹੜਾ ਤੁਸੀਂ ਵੀ ਖੜੇ ਹੋ ਨਾ ਤੇ ਤੁਹਾਡੀਆਂ ਮੇਰੀਆਂ ਟੈਕਸ ਸਰਕਾਰ ਨੂੰ ਦਿੱਤੇ ਹੋਏ ਆ 900 ਕਰੋੜ ਰੁਪਈਆ ਦੇਣ ਦੀਆਂ ਸਕੀਮਾਂ ਡੀਸੀ ਗਰਗ ਨੂੰ ਦੁਆਰਾ ਇੰਪਰੂਵਮੈਂਟ ਟਰੱਸਟ ਦਾ ਈਓ ਲਾਉਣਾ ਇਨਾਮ ਦੇਤਾ ਜਿਹੜਾ FIR ਸਿਟੀ ਸੈਂਟਰ ਸਕੈਮ ਦੇ ਵਿੱਚ ਕੈਪਟਨ ਅਮਰਿੰਦਰ ਤੇ 900 ਕਰੋੜ ਰੁਪਈਆ ਤੁਹਾਡੀਆਂ ਤੇ ਮੇਰੇ ਦਿੱਤੇ ਸਰਕਾਰ ਨੂੰ ਟੈਕਸਾਂ ਦੇ ਵਿੱਚੋਂ ਦਿੱਤਾ ਜਾਣਾ ਇਹ ਗੱਲਾਂ ਅਸੀਂ ਵਿਧਾਨ ਸਭਾ ਦੇ ਅੰਦਰ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ ਅਸੀਂ ਅੰਦਰ ਐਸੀਆਂ ਜਿਹੜੇ ਮਾਫੀਆ ਰਾਂਚਾਂ ਤੇ ਰਹੀ ਜੇ ਆਪਣੇ ਪਿਓ ਦੇ ਬਣ ਕੇ ਅਪੋਜੀਸ਼ਨ ਕਰਦੇ ਨਾ ਆਪਾਂ ਬਾਦਲਾਂ ਨੂੰ ਰੋਨੇ ਆ ਵੀ 10 ਸਾਲ ਪੰਜਾਬ ਨੂੰ ਕੰਗਾਲ ਕੀਤਾ ਪੰਜਾਬ ਦੇ ਅੰਦਰ ਨਸ਼ੇ ਦੀਆਂ ਨਦੀਆਂ ਵਗਾਈਆਂ ਨੇ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਤੋਂ ਵਾਧਾ ਕਰਜ਼ਾ ਚਾੜਿਆ ਤੇ ਜੇ ਬਾਦਲ ਦੋਸ਼ੀ ਆ 10 ਸਾਲ ਜਿਹੜੀ ਕਾਂਗਰਸ ਸਾਡੇ 2 ਮੈਂਬਰਾਂ ਨੂੰ ਬਾਹਰ ਰੋਕਤਾ ਚਲੋ ਸਦਨ ਦੇ ਨਾਲ ਆਉਣ ਦੋ ਪਰ ਉਹਨਾਂ ਨੇ ਵਿਧਾਨ ਸਭਾ ਦੇ ਗੇਟ ਤੇ ਵੀ ਰੋਕਿਆ ਸਾਡੀਆਂ ਚੁੰਨੀਆਂ ਰੋਲੀਆਂ ਸਾਨੂੰ ਚੱਕ ਚੱਕ ਕੇ ਬਾਹਰ ਸੁੱਟਿਆ ਅਸੀਂ ਕਨਸਟੀਟਿਊਸ਼ਨ ਰਾਈਟ ਮੰਗ ਰਹੇ ਸੀ ਫਿਰ ਵੀ ਸਾਡੇ ਨਾਲ ਇਹ ਸਾਡੇ ਸਿੱਖੀ ਵਿਰੋਧੀ ਸਰਕਾਰ ਹੈ ਸਿੱਖੀ ਵਿਰੋਧੀ ਸਰਕਾਰ ਹੈ ਇਹ ਅੱਜ ਇੱਕ ਮਿੰਟ ਜੀ ਅੱਜ ਪੰਜਾਬ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਹੈ ਉਹ ਨੰਗਾ ਹੋ ਗਿਆ ਅੱਜ ਸਪੀਕਰ ਸਾਨੂੰ ਪਹਿਲਾਂ ਮਾੜਾ ਮੋਟਾ ਸ਼ੱਕ ਸੀਗਾ ਪਰ ਅੱਜ ਪੱਕੀ ਮੋਹਰ ਲੱਗ ਗਈ ਵੀ ਜਿਹੜਾ ਸਪੀਕਰ ਹੈ ਉਹ ਸਦਨ ਦਾ ਨਹੀਂ ਹੈਗਾ ਉਹ ਸਰਕਾਰ ਦਾ ਅੰਨੇ ਤੇ ਬੋਲ ਹੈ ਅੱਜ ਤੋਂ ਪਹਿਲਾਂ ਜਦੋਂ ਸਾਡੇ 2 ਮੈਂਬਰਾਂ ਨੇ ਸਿਮਰਜੀਤ ਬੈਂਸ ਨੇ ਔਰ ਸੁਖਪਾਲ ਖਹਿਰਾ ਨੇ ਜਦੋਂ ਰਾਣਾ ਗੁਰਜੀਤ ਦੀ ਦੇ ਸਰਕਾਰ ਨੇ ਜੋ ਕਪੜੇਬਾਜ਼ੀ ਧਾਂਦਲੀਆਂ ਤੇ ਸੈਂਡ ਮਾਫੀਆ ਚੱਲ ਰਿਹਾ ਹੈ ਉਹਦੇ ਖਿਲਾਫ ਆਵਾਜ਼ ਚੱਕੀ ਉਦੋਂ ਸਰਕਾਰ ਦੇ ਇਸ਼ਾਰੇ ਦੇ ਉੱਪਰ ਸਪੀਕਰ ਨੇ ਉਹਨਾਂ ਨੂੰ ਪੂਰੇ ਸਦਨ ਦੇ ਵਿੱਚੋਂ ਪੂਰੇ ਸੈਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਤੇ ਕੱਲ ਅਸੀਂ ਵਾਰ-ਵਾਰ ਹਰ ਰੋਜ਼ ਇਸ ਗੱਲ ਦੀ ਮੰਗ ਕਰਦੇ ਰਹੇ ਪਰ ਅਸੀਂ ਸਦਨ ਦੇ ਵਿੱਚ ਹਾਜ਼ਰ ਰਹੇ ਕਿਉਂਕਿ ਸਾਨੂੰ ਲੋਕਾਂ ਨੇ ਇੱਥੇ ਆਪਦੀ ਆਵਾਜ਼ ਬਣਾ ਕੇ ਭੇਜਿਆ ਅਸੀਂ ਲੋਕਾਂ ਦੀ ਆਵਾਜ਼ ਚੱਕਣਾ ਚਾਹੁੰਦੇ ਸੀਗੇ ਪਰ ਅੱਜ ਇਸ ਸਪੀਕਰ ਮੈਂ ਸਮਝਦਾ ਕਿ ਸਪੀਕਰ ਨੇ ਅੱਜ ਇਸ ਚੇਅਰ ਦਾ ਕਤਲ ਕੀਤਾ ਸੰਵਿਧਾਨ ਦਾ ਕਤਲ ਕੀਤਾ ਕਿ ਜਦ ਇਸ ਸਾਡੇ ਭਰਾ ਸਿਮਰਜੀਤ ਬੈਂਸ ਨੇ ਔਰ ਸੁਖਪਾਲ ਖਹਿਰਾ ਨੇ ਕੱਲ੍ਹ
मसला चक्या कि स्पीकर दा आपदा जवाई डॉक्टर ध्रुव सिंह उपर एक इलीगल सैंड माइनिंग दे विच परचा दर्ज है ते अज इन्होंने एक नादरशाही हुक्म सुना दिता कि सदन दे विच दा छड्डो उन्होंने इस बिल्डिंग दे विच आउण तों रोक दिता गया बाहर। मैं समझदा कि यह सरकार और उस तो मगर जो असं आपकी पीसफुल तरीके आवाज चक रहे थे जोड़ा कि साड़ा संविधानक हक है उस तो बाद किस तरह साढ़े भरा पगा रोलिया गई किस तरह पंजाब दे विच पंजाबीयत का कान हो रहा है किस तरह साड़िया भैणों चुनिया हाथ पाया गया। मैं समझता कि सरकार दे लिया जा डुब मरन दा दिन है स्पीकर नू शर्म होनी चाहिए है कि वह इस तरह अन्ना बोला होके वह स्पीकर दे इस सीट के उपर बैठ के अज पंजाब दे विच संविधान का डेमोक्रेसी का कतल होया ते सरकार नू मैं नहीं समझता है कि माफ़ी मंगने क्योंकि बड़े बेशर्म ने पर यह जिहड़ी लड़ाई है असीं लोगों के लैके जावांगे क्योंकि इस तरह का जिहड़ा पहला 10 साल 15 साल तो लंबे समय तो कांग्रेसी पहला मुल्क लुटते रहे तो हुण इह पंजाब नू लुट्टण पै गए ने यह काम पंजाब दे विच चलन नहीं देवांगे असीं। सानू नहीं पता कदों वास्ते अज किया कल किया गया सानू तो हाल देख लो साढ़े साथियों का की किया पर यह काम है जिहड़ा असीं चलन नहीं देवांगे असीं लोगों के जाके सरकार नू ते इस तोते स्पीकर नू असीं एक्सपोज करांगे। देखो धक्का मुक्की असीं इन्हां गरीबां दे नाल नहीं जी ये तो बेचारे इंपलॉयज ने सानू दुख अफसोस इस गल का कि जब स्पीकर ही बेईमान हो गया तानाशाह बन गया कैप्टन अमरिंदर सिंह तानाशाह बन गए इन्हां नू एवें जबानी कहता कि अज इन्हां नू बिल्डिंग च भी नहीं वड़न देना इन्हां नू हुण साडा बिल्डिंग दे विच भी जाना इतराज़ योग लगता वा बिल्डिंग ना तो स्पीकर की परसनल जायदाद है ना कैप्टन अमरिंदर सिंह की बिल्डिंग है ये बिल्डिंग हैगी 3.25 करोड़ लोगों के मुद्दे उठाने वास्ते किसानों के नशियां के बेरोजगारों के सतलुज यमला लिंक के दलितों के गरीबों के अज कपूरथले दे विच एक परिवार ने 5 बंदियां ने गुरबत में आण के आत्महत्या कर रही है असी वो गल इत्थे अंदर सदन में रखना चाहते लेकिन सानू पक्के तौर पर कढ़ता क्योंकि स्पीकर तो अमरिंदर सिंह तो कांग्रेस डर चुकी है 2 बंदियां तो डरी जाती असी कोई तोपा नहीं गियां 2 बंदियां तो डरी जांदियां सानू अज इत्थे इन्हां कोई हुक्म नहीं गा हाले तक सानू जिहड़ा हुक्म दिखाया सी जिहड़ा असीं हुणे पाड़िया वा इहदे ते कोई साइन नहीं स्पीकर दे और सानू जवानी कलामी इन्हां दे विचारां दे राही साडी इन्हां नाल कोई लड़ाई नहीं गी साडी तां लड़ाई हैगी आ तानाशाही दे नाल माफिया दे नाल जिहड़ा 10 साल कांग्रेस रोंदी रही काले चोले पाउंदी रही इत्थे सदन दे विच थालियां खड़काउंदी रही आ और लाइव बणाउंदी रही आ रातां सौंदी रही आ कि अकाली बड़े माड़े अज उन्होंने भी माड़े बन गए असी दोवां ने की कर देना सेंटर जाके असी सिर्फ आ इशूज चुकने इन्हों डरते हैं कि रेता बजरी माफिया चुकया जाना वा राणे गुरजीत का उन्होंने बचाओ किसी तरीके जमीन स्योंक पिंड की जमीन का सरकारी जमीन पर कब्जा चुकया जाना उन्होंने बचाओ और सिमरजीत बैंस ने प्राइवेट मैंबरस बिल मूव किया सतलुज यमुना लिंक तो बहुत इंपोर्टेंट बैंस साहब जरा दसना प्लीज़ जी SYL का मसला एक मिनट गल इन सुनने वाली गल है साढ़े 2 मैंबर जेड़े के पहला इन्होंने गलत तरीके सदन के बर्खास्त किए अज उन्होंने विधानसभा की हदूत अंदर भी नहीं आने दिता जाली हुक्म जारी करके उन्होंने अंदर नहीं आने दिता है सरासर सरकार की धक्केशाही आ उन्होंने प्रशासन वालों धक्कामुक्की की गई आ और जे असी सदन के साडे साथियों के हक के आवाज़ उठानी चाहिए तो सानू चक के मार्शलों तो बाहर छुड़वा दिता गया साडियां पग्गा रोड़ दी गई मैं एक अमरधारी सिख हाँगा मेरी पग रोड़ दी गई है इस सरकार को जवाब देना पेगा यह सिखा की अतैची सरकार है चाहे सिखा की कातल सरकार है असी अपनी लोकतंत्र की आवाज रख रहे हैं कि सानू इन्ना भी राइट नहीं है जेड़े साडे मैंबर जिन्हां ने सस्पेंड किया गया उन्होंने 4 दीवारी दे विच भी एंटर कर नहीं दिता जा रहा है कितों का संविधान है कितों की डेमोक्रेसी है वी आर टोटली अगेंस्ट दिस जेड़ा इन्होंने सिस्टम बनाया होया जेड़ा डेमोक्रेसी के नाम से राज कर रहा वी आर टोटली अगेंस्ट इट पंजाब सरकार